14 ਨੰਬਰ ਟਾਇਰ ਆ ਕਿਹੜੇ ਪਾਈ ਗਿਆ ਆਪਾਂ ਆ ਕਿੰਨਾ ਬਈ ਆ 11 ਵਾ ਇਹ 10 ਆ ਨਾ ਮਿੱਤਰੋ ਆ ਆਪਣਾ 11 ਨੰਬਰ ਟਾਇਰ ਆ ਜੀ ਆਪਾਂ ਪਾਉਣਾ ਵਾ ਦਿਖਾਉਣੇ ਆ ਤੁਹਾਨੂੰ ਬਹੁਤ ਫਰਕ ਪਾ ਦਾ ਨਾ ਕਿੰਨਾ ਘੈਂਟ ਬਣਾ ਸਲਾਂਸਰ ਵੀ ਇਹਨੂੰ ਆਉਣ ਲੱਗ ਗਿਆ ਨਾ ਚਾਂਸੀ ਚ ਹੋਰ ਹੋਰ ਆ 56 20 ਘੈਂਟ ਟਰੈਕਟਰ ਘੈਂਟ ਆ ਮੀਟਰ ਵੀ ਫਰਕ ਪਾਤਾ ਹੋਇਆ ਹਾਂਜੀ ਮਿੱਤਰੋ ਸਵਾਗਤ ਆ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਚੱਲੇ ਜਗਰਾਓ ਆਪਾਂ ਦੋ ਤਿੰਨ ਕੰਮ ਨੇ ਇੱਕ ਤਾਂ ਆਪਾਂ ਦੇਖਣੇ ਆ 56 20 ਦੇ ਟਾਇਰ ਮੂਰਲੇ ਅਤੇ 11 ਨੰਬਰ ਟਾਇਰ ਦੇਖਣੇ ਆ ਅਤੇ ਇੱਕ ਆਪਾਂ ਏਜੰਸੀ ਜਾਣਾ ਏਜੰਸੀ 'ਚ ਇੱਕ ਤਾਂ ਤੁਹਾਨੂੰ ਦਿਖਾਉਂਦੇ ਜੀ ਸੀ ਆਰ ਡੀ ਇੰਜਨ ਵਾਲਾ ਟਰੈਕਟਰ ਆਇਆ ਹੋਇਆ ਉਹਨਾਂ ਕੋਲ ਪੀਸ ਹੋਇਆ ਕੋਈ ਅਤੇ ਇੱਕ ਆਪਾਂ ਟਾਇਰ ਦੇਖਣੇ ਆ ਅਤੇ ਮਿੱਤਰੋ ਪਿੰਡੋਂ ਨਿਕਲਦੇ ਜੱਸੇ ਨੂੰ ਬਿਠਾ ਲਿਆ ਅਤੇ ਚੱਲਦੇ ਹਾਂ ਦਿਖਾਉਂਦੇ ਹਾਂ ਤੁਹਾਨੂੰ ਪਹਿਲਾਂ ਆਪਾਂ ਨੂੰ ਬੱਸੀਆਂ ਕੰਮ ਆ ਇੱਕ ਦੋ ਫਿਰ ਜਗਰਾਓ ਆ ਟਾਇਰ ਦੇਖਦੇ ਹਾਂ ਹਾਂਜੀ ਮਿੱਤਰੋ ਜਗਰਾਓ ਪਹੁੰਚ ਗਏ ਆਪਾਂ ਪਹਿਲਾਂ ਜੱਸੇ ਕਿੱਥੇ ਜਾਣਾ ਆਪਾਂ ਪਹਿਲਾਂ ਟਾਇਰਾਂ ਵਾਲੇ ਜਾਂਦੇ ਹਾਂ ਪਹਿਲਾਂ ਟਾਇਰਾਂ ਵਾਲੇ ਨੇ ਜਾਣਾ ਅਤੇ ਟਾਇਰ ਦੇਖਦੇ ਹਾਂ ਜੇ ਲੋਡ ਲੱਗਿਆ ਅੱਜ ਮਤਲਬ ਵਧੀਆ ਮਿਲ ਗਿਆ ਆਪਾਂ ਨੂੰ ਸਹੀ ਰੇਟ 'ਤੇ ਆਪਾਂ ਪਾ ਹੀ ਲੈਣੇ ਅੱਜ ਨਹੀਂ ਚੱਲਣੇ ਆ ਪਾ ਦਾਂਗੇ ਫਿਰ ਚੱਲ ਕੇ ਹੈ ਨਾ ਹਾਂਜੀ ਬਾਈ ਜੀ ਆਪਾਂ ਆ ਗਏ ਮਾਰਕੀਟ 'ਚ ਅਤੇ ਆਹ ਟਾਇਰਾਂ ਵਾਲੀ ਦੁਕਾਨ ਆ ਆਉਣ ਵਾਲੀ ਆ ਅਤੇ ਆਹ ਮਾਰਕੀਟ ਬਹੁਤ ਸਮਾਨ ਟਰੈਕਟਰਾਂ ਦਾ ਦੂਜਾ ਰੂਟਾਵੀਟਰਾਂ ਦਾ ਅਤੇ ਇੱਧਰ ਬੀਜ ਮਿਲ ਜਾਂਦੇ ਆ ਜਿਵੇਂ ਮੂੰਗੀ ਦੇ ਹੋਏ ਸਾਰੇ ਆਪਾਂ ਇੱਥੋਂ ਹੀ ਲੈ ਕੇ ਹਾਂ ਬੀਜ ਅੱਗੇ ਅਤੇ ਉਹ ਟਾਇਰਾਂ ਵਾਲੀ ਦੁਕਾਨ ਆ ਗਈ ਆਪਣੀ ਉਹਦੇ ਸਾਹਮਣੇ ਗੁਲਸ਼ਨ ਟਾਇਰ ਅਤੇ ਚੱਲਦੇ ਹਾਂ ਫਿਰ ਆਪਾਂ ਦਿਖਾਉਂਦੇ ਹਾਂ ਤੁਹਾਨੂੰ ਟਾਇਰ ਆਪਾਂ ਪਾਉਣਾ 11 ਨੰਬਰ 9 ਨੰਬਰ ਤਾਂ ਆਪਣੇ ਕੋਲ ਘਰ ਪਿਆ ਵਾ ਉਹ ਵੀ ਪਰ 11 ਪਾਉਣਾ ਉਹ ਜ਼ਿਆਦਾ ਸੋਹਣਾ ਲੱਗਦਾ ਹਾਂਜੀ ਬਾਈ ਜੀ ਆਹ 14 ਨੰਬਰ ਟਾਇਰ ਆ ਆਪਣਾ ਆਹ ਕਿੰਨਾ ਬਾਈ ਆਹ 11 ਵਾ ਇਹ 10 ਆ ਨਾ 11 ਨੰਬਰ ਕੱਢੀ ਬਰੋਬਰ ਕਢਾ ਜੀ ਆਹ 14 ਵਾ ਆਹ 14 ਨੰਬਰ 14 ਨੰਬਰ ਤਾਂ ਬਾਹਲਾ ਵੱਡਾ ਲੱਗਦਾ ਵੀਡੀਓ ਜਿਹਾ ਛੋਟਾ ਲੱਗਦਾ ਇਹਦਾ ਬਾਹਲਾ ਵੱਡਾ ਆਹ 10 ਆ ਅਤੇ 9 ਤਾਂ ਆਪਣੇ 9 ਤਾਂ ਹੈਗਾ ਘਰ ਆਪਣੇ ਉਹ ਪਾਇਆ ਸੀ ਹੁਣ ਪਰ ਲੁੱਕ ਜੀ ਚੇਂਜ ਕਰੀਏ ਥੋੜ੍ਹੀ ਜੀ ਪਾਏ ਹੁਣ ਚੌੜੇ ਟਾਇਰ ਪਾਏ ਤੁਹਾਨੂੰ ਪਤਾ ਹੀ ਆ ਚੋਬਰ ਦੇ ਅਤੇ ਹੁਣ ਆਪਾਂ ਬਦਲਾਂਗੇ ਲੁੱਕ ਜੀ ਚੇਂਜ ਕਰਦੇ ਹਾਂ ਆਹ ਤਾਂ ਬਾਹਲੇ ਵੱਡੇ ਆ ਨਾ ਲਾਈਵ ਲੱਗਦੇ ਆ ਨਾ ਆਉਂਦੇ ਹਾਂ ਮਿੱਤਰੋ ਆਹ ਆਪਣਾ 11 ਨੰਬਰ ਟਾਇਰ ਆ ਜੀ ਆਪਾਂ ਪਾਉਣਾ ਵਾ ਦਿਖਾਉਂਦੇ ਹਾਂ ਉੱਚਾ ਤਾਂ ਇਹਦੇ 'ਚ ਨਹੀਂ ਆ ਨਾ ਮਾੜਾ ਹੀ ਫਰਕ ਆ ਚੌੜਾ ਵੱਧ ਆ 10 ਨੰਬਰ ਉੱਚਾ ਤਾਂ ਉਨਾ ਹੀ ਆ ਰੈਕੋਰਡ ਕੋਲ ਗੋਂਦ ਵਾਲ ਹਾਂਜੀ 9 ਨੰਬਰ ਪਵਾਏ ਸੀਗੇ ਪਹਿਲਾਂ ਹੀ ਵਿੱਚ ਨਵੇਂ ਨਵੇਂ ਲਿਆਂਦਾ ਸੀ ਉਦੋਂ ਹੀ ਪਵਾਤੇ ਸੀ 9 ਨੰਬਰ ਦਾ ਅੱਛਾ ਅੱਛਾ ਜੀ ਬਾਕੀ ਰੈਮ 'ਚ ਪਾ ਕੇ ਪਤਾ ਲੱਗੂ ਚੌੜਾ ਤਾਂ ਹੋਈ ਜਾਣਾ ਇਹਨੇ ਬਹੁਤ ਟਾਇਰ ਸੋਹਣਾ ਵਾ ਅਤੇ ਤੂੜੀ ਵਾਲੀ ਮਸ਼ੀਨ ਦੇ ਵੀ ਆਪਾਂ ਪਵਾਏ ਸੀਗੇ ਉੱਚਾ ਤਾਂ ਇਹ 14 ਵਾਲੇ ਜਿੰਨਾ ਹੀ ਆ ਅਤੇ 11 ਦਾ ਦੇਖਦੇ ਹੁਣ ਇਹ ਨਹੀਂ ਪਤਾ 14 ਪਵਾ ਲਈਏ ਅਤੇ ਡਿਸਾਈਡ ਕਰਦੇ ਹਾਂ ਦੇਖਦੇ ਹਾਂ ਉੱਚਾ 14 ਜਿੰਨਾ ਹੀ ਆ 11 ਵੀ ਚੌੜਾ ਵੱਧ ਆ 14 ਦਾ ਹਾਂਜੀ ਮਿੱਤਰੋ ਆਪਾਂ ਬਾਈ ਦੀ ਦੁਕਾਨ ਤੋਂ ਟਾਇਰ ਦੇਖ ਕੇ ਆ ਗਏ ਆਪਾਂ ਨੂੰ ਟਾਇਰਾਂ 'ਚ ਥੋੜ੍ਹਾ ਸ਼ੱਕ ਜਿਹਾ ਸੀਗਾ 14 ਅਤੇ 11 ਦਾ ਆਪਾਂ ਨੂੰ ਆਏ ਸੀ ਵੀ 11 ਨੰਬਰ ਤੋਂ 14 ਬਾਹਲਾ ਉੱਚਾ ਜਾਂਦਾ ਵਾ ਉਹ ਹੈ ਬਰੋਬਰ ਜਿਹਾ ਸ਼ੱਕ ਜਿਹਾ ਨਿਕਲ ਗਿਆ ਅਤੇ ਬਾਈ ਕਹਿੰਦਾ ਵੀ ਤੁਸੀਂ ਨਾ ਬਾਕੀ ਟਰੈਕਟਰ ਲਿਆਇਓ ਇੱਥੇ ਨਾਲੇ ਆਪਾਂ ਟਰੈਕਟਰ ਦੀ ਕਰਾਉਣੀ ਆ ਏਜੰਸੀ ਤੋਂ ਸਰਵਿਸ ਅਤੇ ਨਾਲੇ ਟਰੈਕਟਰ ਲਿਆਵਾਂਗੇ ਪਾ ਕੇ ਦੇਖਾਂਗੇ ਫਿਰ ਪਤਾ ਲੱਗੂਗਾ ਵੀ ਕਿੰਨਾ ਕੁ ਫਰਕ ਪੈਂਦਾ ਉੱਚਾ ਬਾਹਲਾ ਤਾਂ ਨਹੀਂ ਹੁੰਦਾ ਜੇ ਨਾ ਬਾਹਲਾ ਉੱਚਾ ਹੁੰਦਾ ਆ ਫਿਰ ਆਪਾਂ 14 ਨੰਬਰ ਟਾਇਰ ਪਾਵਾਂਗੇ ਅੱਜ ਉਹਨਾਂ ਨੇ ਰਿਮ ਨਾ ਦੂਜੇ 'ਚ ਪਾਏ ਟਾਇਰ ਉਹ ਬਾਈ ਕਹਿੰਦਾ ਆਉਂਦਾ ਗਲੀਆਂ ਵਾਲਾ 14 ਨੰਬਰ ਲਈ ਅਤੇ ਉਹ ਰਿਮ 'ਚ ਆਪਾਂ ਪਵਾ ਲਾਂਗੇ ਉਹਨਾਂ ਤੋਂ ਫਿਰ ਉੱਦਣ ਦੇਖਾਂਗੇ ਵੀ ਕਿੰਨਾ ਕੁ ਉੱਚਾ ਜਾਂਦਾ ਫਿਰ ਉਸ ਹਿਸਾਬ ਨਾਲ ਉਹ ਰਿਮ 'ਤੇ ਖੋਲ ਲਿਆਉਂਦਾ ਟਾਇਰ ਉਹ ਗਲੀਆਂ ਵਾਲਾ ਰਿਮ ਆਉਂਦਾ ਦੂਜਾ ਇਹਦੇ ਹੁਣ ਪਾਇਆ ਹੋਇਆ ਬਾਈਆਂ ਨੇ ਦੂਜਾ ਪਾਇਆ ਇਹ ਕਹਿੰਦਾ ਸੀ ਬਾਈ ਕਹਿੰਦਾ ਕੁੱਟਿਆ ਹੋਇਆ ਸੀ ਹਾਂ 14 ਨੰਬਰ ਹੋਰ ਖੁੱਲੂਗਾ ਜਾਣੀ ਸੋਹਣਾ ਬਹੁਤ ਲੱਗਦਾ ਪਸੰਦ ਬਹੁਤ ਆਇਆ ਸਾਨੂੰ ਅਤੇ 14 ਨੰਬਰ ਦਾ ਰੇਟ ਸੀਗਾ ਕਿੰਨਾ ਸੀ 14 ਨੰਬਰ ਦਾ ਰੇਟ ਕਿੰਨਾ ਸੀਗਾ 14 ਨੰਬਰ ਦਾ 4500 ਜੀ 4500 ਤੇ 11 ਦਾ ਸੀਗਾ 3500 ਇੰਨਾ ਸੀਗਾ 3500 ਜੀ ਆਪਾਂ ਬਾਕੀ ਹੇਮ ਟਾਇਰ ਵਾਲੇ ਤੋਂ ਪਤਾ ਕਰਾਂਗੇ ਰੇਟ ਦਾ ਰੇਟ ਕਨਫਰਮ ਕਰਾਂਗੇ ਫਿਰ ਆਵਾਂਗੇ ਤੇ ਦੇਖਦੇ ਹਾਂ ਆਪਾਂ ਉਹਦਾ ਰੈਗੂਟੋ ਲੈ ਆਉਂਦੀ
ਆਣਾ 56 ਇਹ CRT ਆ ਦੱਸੇ ਇਹ ਨਹੀਂ ਹੈਗਾ ਨਾ ਸੈਂਪਲ ਹੀ ਹੈਗਾ ਨਾ 56 4x4 बड़ा फर्क पा दा ना चीजा का स्टिकर नहीं सोने है स्टिकर उ सोने मोरों लोग इधर दी चढ़ जाना शौक हो फिर देखते नहीं होंगे घैंट ट्रैक्टर घैंट है मीटर भी फर्क पाता वैसे आ जी फोन रखन वाह तकनीक बता दी है घैंट है यार इंडिकेटर वाला बदल दो आ वा ना इको इको प्लस सही है हाँ हाँ CRT वाला ना इको इको प्लस कैरेटर यार हाँ जी मित्रों हाँ पायदान ला दे नाल हाँ खड़ा दसे हाँ मूरे आ गई ना था प्लग है ना दूजा लॉक आ मैं दे प्लग दूजा सिंपाती ब्लू सीरीज 36-30 आ टायर जाने लग गए ना 3600 है अपने रेकॉर्ड 36-30 खड़ा है ना 4x4 36-30 खड़ा है अपने इसमें ये तो नाल 47 है टर्बो नहीं होनी ओ भी वो 36-30 आ मगर आड़े बदल दे दे हाँ ब्रो अपन लेनी तो सीगी ट्राई ट्रैक्टर ते देखना ही चला के CRT भी कैमें तो 56 पर अपना ना आना पार्सल चंडीगढ़ों तो वैसे आप फड़ना टाइम का 3:39 हो गए बैल्ट ले आ कि यार कमाती है पीजी उसी रह जाते ना पता नहीं कितर जाती है हम पार्सल फड़ लिया आप छेती चल के ठीक है मित्रों चलो चलिए अपना आ गया पार्सल फड़ लिया बस तो आप हूँ भुख जी लगी है वैसे खाने ना कुछ हूँ खाने देखते हैं सब देखते हैं सब खाने जगराम है वा तो देख रहे हैं तो सबे पहुँच गए गड्डी ला दी उधर जस्से होने ने सबे खाना सबे पहुँच गए तो खाने वर्ची हल गए सबे घर आ गए आप टायर आप देख आते चलो हम देखते हैं की करना टायर का दस्यो ब्लॉग थोनू कि लग्या तुम भी कमेंट करो अपन कि टायर पाइए कि वध सोहने लगते दस्यो तुम कि पाइए आप पावे तो 14 पाइए कि 11 पाइए फर्क तो कोई बड़ा है नहीं वैसे उच्चे नीवे तो उच्च बराबर जी है बाकी कमेंटा दस्यो कि टायर पाइए ठीक है मित्रों सत श्री अकाल।